Vai. ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਆਓ ਸਾਰੇ ਰਲ ਕੇ ਸ਼ਬਦ ਪੜ੍ਹੀਏ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਸਤਸੰਗਤ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਬਹੁਤ ਜਨਮ ਵਿਛੜੀ ਸੀ ਮਾਦੋ, ਇਹ ਜਨਮ ਤੁਮਾਰੇ ਲੇਖੇ। ਤੁਮਾਰੇ ਲੇਖੇ
जन्म तुम्हारे लेके कह रवदास आस लग जीवो कह रवदास आस लग जीवो किरे पयो दर्शन देखे बहुत जन्म बिचरे बजनी तोर मोर मन माने बजनी तोर मोर मन माने जन को पूरन दीजे जन को पूरन दीजे पूरन दीजे बहुत जन्म पल पल जाओ अरे मैया।
ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੇਵੜ ਅਵਰ ਨਾ ਕੋਏ। ਦੇ ਮਹਾਂਵਾਕ ਅਨੁਸਾਰ ਆਪ ਸਾਰੇ ਹੀ ਬੜੇ ਪਿਆਰ ਸਤਿਕਾਰ ਸਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਗੁਰਤਾ ਗੱਦੀ ਦਿਵਸ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਨੰਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਅੱਗੇ ਸਰੀਰਕ ਜੋ ਗੁਰੂ ਪ੍ਰਥਾ ਸੀ ਉਸਨੂੰ ਬੰਦ ਕੀਤਾ ਅਤੇ ਸਾਨੂੰ ਸਾਰਿਆਂ ਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਾਇਆ। ਅਤੇ ਜੇ ਅੱਜ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਕਿਤੇ ਅਸੀਂ ਭਟਕਦੇ ਹਾਂ ਤੇ ਸਾਨੂੰ ਕਿਤੋਂ ਵੀ ਸ਼ਾਂਤੀ ਆਨੰਦ ਨਹੀਂ ਮਿਲ ਸਕਦਾ, ਕਿਉਂਕਿ ਜੋ ਆਨੰਦ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ ਉਹ ਇੱਥੋਂ ਹੀ ਮਿਲਣਾ ਹੈ, ਉਹ ਬਾਹਰੋਂ ਨਹੀਂ ਮਿਲਣਾ। ਇਸ ਕਰਕੇ ਆਪਣਾ ਅਕੀਦਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੀ ਰੱਖਣਾ ਹੈ, ਤਾਂ ਹੀ ਸਾਡੇ ਇਹ ਗੁਰਤਾ ਗੱਦੀ ਇਹ ਗੁਰਪੁਰਬ ਮਨਾਏ ਹੋਏ ਸਫਲੇ ਹਨ। ਸੋ ਇੱਕ ਬੱਚੀ ਹਰਨੀਤ ਕੌਰ ਮੂਲ ਮੰਤਰ ਦਾ ਜਾਪ ਕਰੇਗੀ, ਅਗਲਾ ਪ੍ਰੋਗਰਾਮ ਜੀ ਦੇ ਸਨਮੁਖ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਅਜੂਨੀ ਸਾਹਿਬ
ਗੁਰੂ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਪੰਥ ਕੀ ਫਤਿਹ। ਸੋ ਬੱਚੇ ਵੀ ਸਾਡਾ ਜਿਹੜਾ ਭਵਿੱਖ ਨੇ, ਇਹਨਾਂ ਨੂੰ ਵੀ ਅੱਗੇ ਲਿਆਉਣਾ ਸਾਡਾ ਫਰਜ਼ ਬਣਦਾ ਹੈ। ਸੋ ਅਗਲਾ ਪ੍ਰੋਗਰਾਮ ਹੁਣ ਆਪ ਜੀ ਦੇ ਸਨਮੁਖ ਤਿੰਨ ਜਥੇ, ਸਭ ਤੋਂ ਪਹਿਲਾਂ ਭਾਈ ਗੁਰਮੀਤ ਸਿੰਘ ਜੀ, ਉਹ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ ਸਟੇਜ 'ਤੇ ਆ ਜਾਣ, ਨਾਲ ਹੀ ਉਹਨਾਂ ਦੇ ਬਾਅਦ ਵਿੱਚ ਭਾਈ ਸਾਹਿਬ ਭਾਈ ਰੰਗੀਲ ਸਿੰਘ ਜੀ ਉਹਨਾਂ ਦਾ ਜਥਾ, ਅਤੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਉਹਨਾਂ ਦਾ ਜਥਾ, ਇਹ ਤਿੰਨ ਜਥੇ ਇੱਕ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਬੇਨਤੀ ਹੈ ਵੀਰਾਂ ਨੂੰ ਸਟੇਜ 'ਤੇ ਆ ਜਾਣ। ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਦਾ ਜਥਾ ਉਹ ਸ਼ਬਦ ਦੀ ਹਾਜ਼ਰੀ ਭਰਨਗੇ। ਆਪ ਜੀ ਨੇ ਇਸੇ ਤਰ੍ਹਾਂ ਪਿਆਰ ਦਾ ਜੋ ਸੰਗਾਰਾ ਦੇਣਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਪਾਏ ਜੀਉ ਦਰਸ਼ਨ ਪਾਏ ਬਾਣੀ, ਹਰ ਹਰ ਤੇਰੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, 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 ਪਰਮ ਗਤ ਮੇਰੀ ਪਰਮ ਗਤ ਮੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਜਲਨ ਬੁਝੀ ਸ਼ੀਤਲ ਸਤਿਗੁਰ ਕਾ ਦਰਸ਼ਨ ਪਾਏ ਜੀਉ,
जलन बुझी शीतल होए मनवा सतगुर का दर्शन पाए जियो सतगुर का दर्शन पाए जियो सतगुर का दर्शन पाए परम जात मेरी
संत पाए, संत पाए वार 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 नानक वाहेगुरु वाहेगुरु गुरु वाणी गुरु डोलन तेरे
ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਆਨੰਦ ਗੁਣ ਨਿਦਾਨ ਗੁਰੂ ਗਰੀਬ ਨਿਵਾਸ ਗਰੀਬ ਵਾਸ ਗਰੀਬ ਨਿਵਾਸ ਮਾਂ ਜੋ ਗੁਰੂ ਸਾਰੀ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ ਆਪ ਸਾਰੇ ਹੀ ਮਨਾ ਰਹੇ ਹੋ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਮੁੱਖ ਰਾਗ 31 ਮਿਸ਼ਰਤ ਰਾਗਾਂ 'ਤੇ ਆਧਾਰਿਤ ਹੈ। ਸੁਦਾਸ ਸਾਹਿਬ ਜੀ ਨੂੰ ਮਿਸ਼ਰਤ ਰਾਗ ਤਿਲੰਗ ਅਤੇ ਯੋਗ ਦਾ ਮਿਸ਼ਰਨ ਹੈ ਦੋ ਰਾਗਾਂ ਦਾ। ਤਿਲੰਗ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਯੋਗ ਰਾਗ ਜਿਹੜਾ ਹੈ ਇਹ ਸ਼ਾਸਤਰੀ ਸੰਗੀਤ ਦਾ ਰਾਗ ਹੈ। ਬਚਨ ਹਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ, ਹਮ ਧਨਵੰਤ ਭਾਗਤ ਸਚ ਨਾਏ ਹਰ ਗੁਣ ਗਾਵੇਂ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਪਿਆਰ ਸਤਸਰਮ ਕਰ। ਹਮ ਧਨਵੰਤ ਭਗਤ ਸਚ ਨਾਏ, ਹਮ ਧਨਵੰਤ ਭਗਤ ਸਚ ਨਾਏ, ਹਮ ਧਨਵੰਤ ਭਗਤ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਹਮ ਧਨਵੰਤ ਭਗਤ ਸਚ ਨਾਏ, ਹਮ ਧਨਵੰਤ ਭਗਤ ਸਚ ਨਾਏ। ਹਮ ਧਨਵੰਤ ਭਗਤ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਹਮ ਧਨਵੰਤ
भगत सतनाम हम तनवंत भगत सतनाम रतन लाल जानका कछु नमो रतन लाल जानका कछु नमो पर पंडार अखूट अतो गुरु की कीर्तनी है जिन्हों पासों आप जी ने अलाही बाणी दे शब्द कीर्तन सरवण किए हैं। हूँ तीन जथे होर ग्रुप सब तो पहला भाई साहब भाई रणधीर सिंह जी उस स्टेज पर आ जाए। उन्होंने बेनती है वो एक शब्द की हाजिरी भरन समय का ख्याल रखा जाए क्यों तीन जथे हैं अद्धा घंटा इन्होंने कोल है दस दस मिनट बनते हैं। सो दस मिनट के अंदर अंदर ही शब्द की जी है वह हाजिरी भरन की कृपालता कर। बाद भाई बख्शीश सिंह जी भाई सुरजीत सिंह जी वो हाजिरी भरनगे। बड़े प्यार सत्कार सहित सरवण करो तो साढ़े पास भाई साहब भाई अमरीक सिंह जी चंडीगढ़ वाले कथावाचक वो भी पहुँच चुके हैं। दरबार साहब तो हजूरी रागी भी वो पहुँच चुके हैं। उन्होंने भी सरवण करना है। आओ बड़े प्यार सत्कार सहित भाई साहब भाई रणधीर सिंह जी के जथे पासों आप जी सब सुन करो जी। वाहिगुरु जी का खालसा वाहिगुरु जी की फतेह।
सुंदर रामैया मेरा
परम गत पाए, यह तो ब्रह्म विचार।
ਵਾਚਕ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋ ਸੰਗਤ ਵਿੱਚ ਆ ਪਹੁੰਚੇ ਹਨ ਸੋ ਮੇਰੀ ਨਿੱਜੀ ਰਾਏ ਹੈ ਕਿ ਉਹਨਾਂ ਦੇ ਸਵਾਗਤ ਵਿੱਚ ਅਸੀਂ ਸਾਰੇ ਆਓ ਜੀ ਆਈ ਆਖੀਏ ਬੋਲੇ ਸੋ ਆਓ ਮਿਲ ਕੇ ਇਹ ਜੋ ਅਸਥਾਈ ਦੀਆਂ ਪੰਕਤੀਆਂ ਹਨ ਇਸ ਨੂੰ ਇੱਕ ਵਾਰ ਦੁਹਰਾ ਲਈਏ
ਉਸ ਤੋਂ ਬਾਅਦ ਮੈਂ ਖਿਮਾ ਦਾ ਜਾ ਸਕਾਂ, ਕਿਉਂਕਿ ਪਿੱਛੋਂ ਇਸ਼ਾਰਾ ਆ ਰਿਹਾ ਕਿ ਇੱਕ ਸ਼ਬਦ ਹੋਰ ਪੜਿਆ ਜਾਵੇ, ਪਰ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਮੈਂ ਕਿਸੇ ਖਿਮਾ ਦਾ ਜਾ ਚੁੱਕਾਂਗਾ। ਵਾਹ ਵਾਹ ਬਾਣੀ ਨਿਰੰਕਾਰ ਇਸ ਜੇਵਡ ਹਵਰ ਨਾ ਹੋਏ। ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੇਵਡ ਹਵਰ ਨਾ ਹੋਏ, ਇਸ ਜੇਵਡ ਹਵਰ ਨਾ ਜੇਵਡ ਅਵਰ ਨਾ ਕੋਏ, ਤਿਸ ਜੇਵਡ ਅਵਰ ਨਾ ਕੋਏ, ਤਿਸ ਜੇਵਡ ਅਵਰ ਨਾ ਕੋਏ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ। ਸੋ ਸਾਧ ਸੰਗਤ ਜੀ, ਇੰਨੀ ਹੀ ਸੇਵਾ ਪ੍ਰਵਾਨ ਕਰਨੀ ਜੀ, ਬਾਣੀ ਪੜਿਆਂਦਿਆਂ ਹੋਈਆਂ ਫੁੱਲਾਂ ਦੀ ਖਿਮਾ ਕਰਨੀ, ਫਤਿਹ ਨਾਲ ਸਾਂਝ ਪਾਓ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੰਮੂ ਦੇ ਜੋ ਸਮੂਹ ਵੀਰ ਗੁਰੂ ਕੇ ਕੀਰਤਨੀਏ, ਜਿਨ੍ਹਾਂ ਨੇ ਆਪ ਜੀ ਦੇ ਸਨਮੁਖ ਬਹੁਤ ਹੀ ਪਿਆਰ ਦੇ ਨਾਲ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਹਨ, ਸਮੂਹ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਦਿੱਤਾ ਹੈ। ਸੋ ਜਿਨ੍ਹਾਂ ਦੀ ਸਾਨੂੰ ਬਹੁਤ ਸਮੇਂ ਤੋਂ ਉਡੀਕ ਸੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸਿੱਖ ਪੰਥ ਦੇ ਮਹਾਨ ਗਿਆਤਾ ਪ੍ਰਚਾਰਕ, ਬਹੁਤ ਹੀ ਉੱਚੇ ਸੁੱਚੇ ਜੀਵਨ ਵਾਲੇ ਉਹ ਸਾਡੇ ਵਿੱਚ ਪਹੁੰਚ ਚੁੱਕੇ ਹਨ। ਸੋ ਆਓ ਉਹਨਾਂ ਦੇ ਜੀ ਆਇਆਂ ਲਈ ਸਾਰਿਆਂ ਨੇ ਹੀ ਜੁਕਾਰਾ ਵਜਾਉਣਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਬੇਨਤੀ ਹੈ ਉਸ ਸਟੇਜ 'ਤੇ ਆ ਜਾਣ। ਉਹ 9:30 ਵਜੇ ਤੱਕ, 9 ਤੋਂ ਲੈ ਕੇ 10:30 ਵਜੇ ਤੱਕ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਜੋ ਅੱਜ ਦਾ ਇਹ ਪਾਵਨ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ, ਇਸ ਦੇ ਸੰਬੰਧ ਵਿੱਚ ਅਤੇ ਜੋ ਇਤਿਹਾਸ ਹੈ, ਜੋ ਸੰਸਾਰ ਦੇ ਵਿੱਚ ਹੋ ਰਿਹਾ, ਉਹਦੇ ਬਾਰੇ ਵੀ ਆਪ ਜੀ ਦੇ ਨਾਲ ਜਾਣਕਾਰੀ ਪਾਉਣਗੇ। ਸੋ ਵੀਰ ਜੀ ਅਮਰੀਕ ਸਿੰਘ ਜੀ ਸਟੇਜ 'ਤੇ ਆ ਜਾਣ, ਅਤੇ ਸਾਡੇ ਪਾਸ ਜੋ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਉਹ ਵੀ ਪਹੁੰਚ ਚੁੱਕੇ ਹਨ, ਉਹਨਾਂ ਨੂੰ ਵੀ ਸਰਵਣ ਕਰਨਾ ਹੈ। ਸੋ ਸ਼੍ਰੋਮਣੀ ਗੁਰਮਤਿ ਗ੍ਰੰਥੀ ਰਾਗੀ ਸਭਾ ਵੱਲੋਂ ਜੋ ਅਨੇਕਾਂ ਹੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਜਿਸ ਵਿੱਚ ਆਪ ਜੀ ਨੂੰ ਆਪ ਸੰਗਤਾਂ ਨੂੰ ਜਾਣਕਾਰੀ ਹੈ, ਬੱਚਿਆਂ ਦੀ ਫੀਸ ਵੀ ਦਿੱਤੀ ਜਾਂਦੀ ਹੈ। ਸੋ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਜੋ ਕੀਰਤਨ ਦੀ ਕਲਾਸ ਹੈ, ਸਿਖਲਾਈ ਦੀ ਕਲਾਸ ਹੈ, ਉਹ ਵੀ ਲਗਾਈ ਜਾ ਰਹੀ ਹੈ। ਸੋ ਆਪ ਸੰਗਤਾਂ ਦੇ ਨਾਲ ਬਾਅਦ ਵਿੱਚ ਇਹ ਸਾਂਝ ਪਾਈ ਜਾਵੇਗੀ। ਸੋ ਆਪ ਜੀ ਬੜੇ ਪਿਆਰ ਸਤਿਕਾਰ ਸਹਿਤ ਭਾਈ ਸਾਹਿਬ ਜੀ ਤੋਂ ਅਲਾਹੀ ਬਾਣੀ ਦੇ ਜੋ ਵਿਚਾਰ, ਇਤਿਹਾਸ ਦੇ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।